ਸਵਾਗਤ ਹੈ ਜੀ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਜੋਬ ਨਿਊਜ਼ ਅੱਡਾ ਵਿੱਚ। ਦੋਸਤੋ ਬਹੁਤ ਹੀ ਵਧੀਆ ਵੈਕੈਂਸੀ ਜਿਹੜੀ ਹੈ ਪੰਜਾਬ ਦੇ ਵਿੱਚ ਆਊਟ ਹੋ ਚੁੱਕੀ ਹੈ ਅਤੇ ਇਹ ਵੈਕੈਂਸੀਆਂ ਦੋਸਤੋ ਅਨਾਊਂਸ ਕੀਤੀ ਗਈ ਹੈ ਜੀ ਨੈਸ਼ਨਲ ਹੈਲਥ ਮਿਸ਼ਨ ਦੇ ਤਹਿਤ। ਗੱਲ ਕਰੀਏ ਦੋਸਤੋ ਇਹਨਾਂ ਵੈਕੈਂਸੀਆਂ ਬਾਰੇ ਤਾਂ ਇਹਨਾਂ ਦਾ ਐਗਜ਼ਾਮ ਵਗੈਰਾ ਕੁਝ ਨਹੀਂ ਹੋਏਗਾ, ਡਾਇਰੈਕਟ ਤੁਹਾਡਾ ਇੰਟਰਵਿਊ ਹੀ ਰੱਖਿਆ ਗਿਆ ਹੈ ਅਤੇ ਇੰਟਰਵਿਊ ਇਹਨਾਂ ਦੇ ਦਫ਼ਤਰ ਹੋਏਗਾ। ਦਫ਼ਤਰ ਦਾ ਐਡਰੈਸ ਜਿਹੜਾ ਹੈ ਉਹ ਤੁਸੀਂ ਧਿਆਨ ਨਾਲ ਸੁਣ ਲਓ। ਮਿਸ਼ਨ ਡਾਇਰੈਕਟਰ NHM ਪੰਜਾਬ, 5ਵੀਂ ਮੰਜ਼ਿਲ, ਪ੍ਰਿਆਸ ਬਿਲਡਿੰਗ, ਸੈਕਟਰ 38 ਚੰਡੀਗੜ੍ਹ ਵਿਖੇ ਇਹਨਾਂ ਦਾ ਦਫ਼ਤਰ ਬਣਿਆ ਹੋਇਆ, ਉੱਥੇ ਹੀ ਹੋਏਗਾ ਤੁਹਾਡਾ ਇੰਟਰਵਿਊ। ਇਸ ਤੋਂ ਬਾਅਦ ਦੋਸਤੋ ਗੱਲ ਕਰੀਏ ਵਕੈਂਸੀਆਂ ਦੀ, ਕੁਆਲੀਫਿਕੇਸ਼ਨ ਦੀ, ਤਾਂ ਇਹ ਪਹਿਲੀ ਪੋਸਟ ਇਹਨਾਂ ਨੇ ਆਊਟ ਕੀਤੀ ਜੀ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਦੀ। ਦੋ ਪੋਸਟਾਂ ਹੈ ਅਤੇ ਇਸ ਦੇ ਵਾਸਤੇ ਜਿਹੜਾ ਹੈ ਰੈਗੂਲਰ ਡਿਪਲੋਮਾ ਇਹਨਾਂ ਨੇ ਮੰਗਿਆ, 3 ਸਾਲ ਦਾ ਐਕਸਪੀਰੀਅੰਸ ਹੈ ਦੋਸਤੋ ਅਤੇ ਇਸ ਦੀ ਸੈਲਰੀ ਜਿਹੜੀ ਹੈ 28,000 ਇਹਨਾਂ ਨੇ ਰੱਖੀ ਹੈ। ਉਮਰ ਹੱਦ ਹੋਏਗੀ 18 ਤੋਂ 37 ਸਾਲ। ਗੱਲ ਕਰੀਏ ਦੋਸਤੋ ਇੰਟਰਵਿਊ ਡੇਟ ਦੀ, ਤਾਂ 5/12/2019 ਸਵੇਰੇ 10 ਵਜੇ ਇੰਟਰਵਿਊ ਡੇਟ ਲਿਖੀ ਗਈ ਹੈ। ਨੈਕਸਟ ਜਿਹੜੀ ਦੋਸਤੋ ਪੋਸਟ ਗੱਲ ਕਰੀਏ ਜ਼ਿਲ੍ਹਾ ਅਕਾਊਂਟੈਂਟ ਅਫਸਰ ਦੀ, 4 ਪੋਸਟਾਂ ਆਊਟ ਕੀਤੀ ਹੈ। ਇਸ ਦੇ ਵਾਸਤੇ ਵੀ ਰੈਗੂਲਰ ਡਿਗਰੀ, 2 ਸਾਲ ਦਾ ਐਕਸਪੀਰੀਅੰਸ ਭਾਵੇਂ ਪ੍ਰਾਈਵੇਟ ਦਾ ਹੋਏ ਜਾਂ ਰੈਗੂਲਰ ਜੋਬ ਦਾ। ਉਮਰ ਹੱਦ 18 ਤੋਂ 37 ਸਾਲ ਅਤੇ ਸੈਲਰੀ ਹੋਏਗੀ ਜੀ ₹19,000 ਪ੍ਰਤੀ ਮਹੀਨਾ ਅਤੇ ਇਸਦਾ ਇੰਟਰਵਿਊ ਵੀ ਹੋਏਗਾ 5/12/2019 ਸਵੇਰੇ 10 ਵਜੇ। ਨੈਕਸਟ ਜਿਹੜੀ ਦੋਸਤੋ ਪੋਸਟ ਹੈ ਉਹ ਹੈ ਜ਼ਿਲ੍ਹਾ ਮੋਨੀਟਰਿੰਗ ਦੀ, 1 ਪੋਸਟ ਹੈ ਜੀ, ਨਾਲੇ ਇਹਨਾਂ ਨੇ ਲਿਖਿਆ ਹੋਇਆ ਈਵੈਲੂਏਸ਼ਨ ਅਧਿਕਾਰੀ, ਦੋਹਾਂ ਦੀ ਮਿਲਾ ਕੇ 1 ਪੋਸਟ ਇਹਨਾਂ ਨੇ ਅਨਾਊਂਸ ਕੀਤੀ ਹੈ। ਅਤੇ ਇਸ ਦੇ ਵਾਸਤੇ ਦੋਸਤੋ ਜਿਹੜੀ ਕੁਆਲੀਫਿਕੇਸ਼ਨ ਹੈ ਕੰਪਿਊਟਰ ਸਾਇੰਸ ਦਾ, ਜੇ ਤੁਸੀਂ ਡਿਪਲੋਮਾ ਕੀਤਾ ਹੈ ਤਾਂ ਜਾ ਸਕਦੇ ਹੋ, ਬਟ ਇਸ ਦੇ ਵਿੱਚ ਵੀ ਐਕਸਪੀਰੀਅੰਸ ਮੰਗੇ ਗਏ ਦੋਸਤੋ 2 ਸਾਲਾਂ ਦਾ। 18 ਤੋਂ 37 ਸਾਲ ਏਜ ਰਹੇਗੀ। ਤਨਖਾਹ ਹੋਈ ਜੀ ₹19,000 ਅਤੇ ਇਸਦਾ ਇੰਟਰਵਿਊ ਰੱਖਿਆ ਗਿਆ ਹੈ ਜੀ 6/12/2019 ਸਵੇਰੇ 10 ਵਜੇ। ਨੈਕਸਟ ਜਿਹੜੀ ਦੋਸਤੋ ਪੋਸਟ ਹੈ ਉਹ ਹੈ BCC। ਇਸ ਦੇ ਵਿੱਚ 9 ਪੋਸਟਾਂ ਦੋਸਤੋ ਇਹਨਾਂ ਨੇ ਅਨਾਊਂਸ ਕਰੀ ਹੈ। ਸਾਰੀ ਕੈਟੇਗਰੀਆਂ ਦਾ ਇਸ ਦੇ ਵਿੱਚ ਡਿਵੀਡੇਸ਼ਨ ਕਰਕੇ ਦੱਸਿਆ ਹੋਇਆ, ਤੁਸੀਂ ਆਰਾਮ ਨਾਲ ਰੀਡ ਕਰ ਲਿਓ। ਜਦੋਂ ਕੁਆਲੀਫਿਕੇਸ਼ਨ ਦੀ, ਤਾਂ ਜੇ ਤੁਸੀਂ ਗ੍ਰੈਜੂਏਟ ਹੋ ਅਤੇ ਤੁਹਾਡੇ ਕੋਲ 2 ਸਾਲ ਦਾ ਐਕਸਪੀਰੀਅੰਸ ਹੈ ਤਾਂ ਤੁਸੀਂ ਜਾ ਸਕਦੇ ਹੋ। ਉਮਰ ਹੱਦ 18 ਤੋਂ 37 ਸਾਲ ਰੱਖੀ ਗਈ ਹੈ ਅਤੇ ਤਨਖਾਹ ਹੋਏਗੀ ਜੀ ₹15,000 ਪ੍ਰਤੀ ਮਹੀਨਾ ਅਤੇ ਇਸਦਾ ਇੰਟਰਵਿਊ ਵੀ 6/12/2019 ਨੂੰ ਹੋਏਗਾ। ਇੱਥੇ ਦੋਸਤੋ ਇਹ ਸਪਸ਼ਟ ਲਿਖਿਆ ਹੋਇਆ ਵੈਕੈਂਸੀਆਂ ਦੀ ਗਿਣਤੀ ਜਿਹੜੀ ਹੈ ਵਧਾਈ ਜਾ ਸਕਦੀ ਹੈ ਜਾਂ ਫਿਰ ਘਟਾਈ ਜਾ ਸਕਦੀ ਹੈ ਕੈਂਡੀਡੇਟ ਪੂਰੇ ਨਾ ਹੋਏ ਤਾਂ, ਅਤੇ ਇਹ ਵੈਕੈਂਸੀਆਂ ਦੋਸਤੋ ਠੇਕੇ ਉੱਤੇ ਹੀ ਹੋਏਗੀ ਅਤੇ ਬਾਅਦ ਦੇ ਵਿੱਚ ਹੋ ਸਕਦਾ ਤੁਹਾਨੂੰ ਰੈਗੂਲਰ ਵੀ ਕਰ ਦਿੱਤਾ ਜਾਵੇ। ਵਧੇਰੀ ਜਾਣਕਾਰੀ ਲਈ ਤੁਸੀਂ ਸਿੱਧਾ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ 'ਤੇ ਵਿਜ਼ਿਟ ਕਰਨਾ ਹੈ ਅਤੇ ਕੱਲ੍ਹ ਦੋਸਤੋ ਉੱਥੇ ਜਿਹੜਾ ਹੈ ਆਫੀਸ਼ੀਅਲ ਨੋਟੀਫਿਕੇਸ਼ਨ ਮਿਲ ਜਾਏਗਾ। ਇਹ ਅਖਬਾਰ ਦੀ ਕਟਿੰਗ ਹੈ ਦੋਸਤੋ, ਇਸੇ ਕਰਕੇ ਜਿਹੜੀ ਹੈ ਸਾਫ਼ ਨਹੀਂ, ਤੁਸੀਂ ਆਰਾਮ ਨਾਲ ਨੋਟੀਫਿਕੇਸ਼ਨ ਰੀਡ ਕਰ ਲਿਓ। ਅਲੀਜੀਬਲ ਹੋ ਤਾਂ ਆਪ ਲਾਈਕ ਕਰ ਦਿਓ, ਵੀਡੀਓ ਚੰਗੀ ਲੱਗੀ ਦੋਸਤੋ ਲਾਈਕ ਕਰ ਦਿਓ। ਨੈਕਸਟ ਵੀਡੀਓ ਵਿੱਚ ਆਪਣੀ ਫਿਰ ਮੁਲਾਕਾਤ ਹੋਏਗੀ, ਉਦੋਂ ਤੱਕ ਦੇ ਲਈ ਰੱਬ ਰਾਖਾ।